ਸਤਿ ਸ਼੍ਰੀ ਅਕਾਲ ਜੀ, ਰਮਨ ਪੰਜਾਬੀ ਕੁਕਿੰਗ ਐਂਡ ਵਲੋਗ 'ਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਬਣਾਉਣ ਲੱਗੇ ਹਾਂ ਅਲਸੀ ਦੀਆਂ ਪਿੰਨੀਆਂ। ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਜਾਂ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਨਾਲ ਦਿੱਤਾ ਬੈੱਲ ਦਾ ਬਟਨ ਪ੍ਰੈੱਸ ਕਰ ਦਿਓ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਆ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਅਤੇ ਵੀਡੀਓ ਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗਦੀ ਆ। ਚਲੋ ਜੀ ਆਪਾਂ ਸ਼ੁਰੂ ਕਰਦੇ। ਅਲਸੀ ਦੀ ਪੰਜੀਰੀ ਬਣਾਉਣ ਵਾਸਤੇ ਜਿਹੜੀ ਆਪਾਂ 200 ਗ੍ਰਾਮ ਅਲਸੀ ਲਈ ਆ, 200 ਤੋਂ 250 ਗ੍ਰਾਮ ਜਿਹੜਾ ਦੇਸੀ ਘਿਓ ਆ, ਥੋੜ੍ਹਾ ਜਿਹਾ ਨਾਰੀਅਲ ਹੈ, ਇਹ ਕੁਛ ਡਰਾਈ ਫਰੂਟਸ ਹੈ, ਅਤੇ ਆਪਾਂ ਗੁੜ ਲਿਆ 250 ਗ੍ਰਾਮ ਅਤੇ 250 ਗ੍ਰਾਮ ਹੀ ਆਪਾਂ ਆਟਾ ਲਿਆ। ਅਤੇ ਹੁਣ ਆਪਾਂ ਪਹਿਲਾਂ ਕੜਾਹੀ ਰੱਖ ਕੇ ਅਤੇ ਜਿਹੜੀ ਅਲਸੀ ਆ ਉਹਨੂੰ ਆਪਾਂ ਭੁੰਨ ਲੈਂਦੇ ਹਲਕਾ ਜਿਹਾ। ਜਿਹੜੀ ਕੜਾਹੀ ਆਪਾਂ ਗਰਮ ਹੋਣ ਵਾਸਤੇ ਧਰਤੀ ਆ, ਮਾੜਾ ਜਿਹਾ ਇਹਨੂੰ ਸੁੱਕ ਲੈਣ ਦਿੰਦੇ ਹਾਂ, ਫਿਰ ਇਹ 'ਚ ਆਪਾਂ ਅਲਸੀ ਪਾਉਂਦੇ। ਆਪਾਂ ਅਲਸੀ ਨੂੰ ਇਹਦੇ ਵਿੱਚ ਪਾ ਕੇ ਖਿਲਾ ਲੈਂਦੇ ਹਾਂ। ਇੱਥੇ ਜਿਹੜੀ ਆ ਅੱਗ ਆ ਉਹ ਜ਼ਿਆਦਾ ਤੇਜ਼ ਨਹੀਂ ਕਰਨੀ, ਆਪਾਂ ਹਲਕੀ ਹਲਕੀ ਜਿਹੀ ਅੱਗ ਦੇ ਉੱਤੇ ਬਣਾਉਣਾ ਹੈ। ਅਲਸੀ ਆ ਜਿਹੜੀ ਆਪਣੀ ਚਟਨੀ ਸ਼ੁਰੂ ਹੋ ਗਈ ਆ, ਹਲਕੀ ਹਲਕੀ ਜਿਹੜੀ ਚਟਨੀ ਸ਼ੁਰੂ ਹੋ ਗਈ ਆ, ਸਮੈਲ ਵੀ ਹਲਕੀ ਹਲਕੀ ਆਉਣ ਲੱਗ ਗਈ ਆ। ਇੱਥੇ ਇਹਨੂੰ ਆਪਾਂ ਥੋੜ੍ਹਾ ਟਾਈਮ ਹੋਇਆ ਅਲਸੀ ਜਿਹੜੀ ਆਪਣੀ ਭੁੱਜ ਚੁੱਕੀ ਆ, ਇਹਨੂੰ ਆਪਾਂ ਥੱਲੇ ਉਤਾਰ ਲਿਆ। ਇਹਨੂੰ 2 ਮਿੰਟ ਆਪਾਂ ਹਿਲਾਉਂਦੇ ਰਹਾਂਗੇ ਕਿਉਂਕਿ ਜਿਹੜੀ ਆਪਣੀ ਕੜਾਹੀ ਹਜੇ ਗਰਮ ਆ, ਇਹਨੂੰ ਠੰਡੀ ਹੋ ਕੇ ਫਿਰ ਆਪਾਂ ਇਹਨੂੰ ਗ੍ਰੈਂਡ ਕਰ ਲਾਂਗੇ। ਇਹਨੂੰ ਆਪਾਂ ਮੋਟੀ ਮੋਟੀ ਪੀਸ ਲੈਣਾ, ਜ਼ਿਆਦਾ ਇਹਦਾ ਪਾਊਡਰ ਨਹੀਂ ਬਣਾਉਣਾ। ਇਹਨੂੰ ਠੰਡੀ ਹੋ ਲੈਂਦੀ ਫਿਰ ਆਪਾਂ ਨੂੰ ਪੀਸ ਲੈਣਾ। ਕੜਾਹੀ ਜਿਹੜੀ ਗਰਮ ਹੋ ਗਈ ਆ, ਜਿਹੜਾ ਆਪਾਂ ਘਿਓ ਆ ਇਹ ਪਾ ਲੈਂਦੇ ਹਾਂ ਸਾਰੇ, ਇਹਨੂੰ ਮੈਲਟ ਹੋਣ ਦਿੰਦੇ ਹਾਂ। ਅੱਗ ਜੀ ਵਾਹਵਾ ਮੱਚਦੀ, ਅੱਗ ਵਾਹਵਾ ਮੱਚੀ ਜਾਂਦੀ। ਘਿਓ ਜਿਹੜਾ ਆਪਣਾ ਪਿਘਲ ਗਿਆ, ਹੁਣ ਆਪਾਂ ਥੋੜ੍ਹਾ ਥੋੜ੍ਹਾ ਕਰਕੇ ਇਹਦੇ 'ਚ ਜਿਹੜਾ ਆਟਾ ਪਾ ਲੈਂਦੇ ਹਾਂ। ਜੇ ਆਪਾਂ ਨੂੰ ਲੱਗੇ ਵੀ ਇਹ 'ਚ ਥੋੜ੍ਹਾ ਜਿਹਾ ਘਿਓ ਘੱਟ ਆ ਤਾਂ ਆਪਾਂ ਹੋਰ ਵੀ ਐਡ ਕਰ ਸਕਦੇ ਹਾਂ, ਪਹਿਲਾਂ ਦੇਖਦੇ ਹਾਂ। ਜਿਹੜਾ ਆਪਣਾ ਘਿਓ ਸੀਗਾ ਉਨਾ ਸੈੱਟ ਆ, ਬਸ ਇੰਨਾ ਕੀ ਰੱਖਣਾ ਆਪਾਂ, ਇਹ ਤੋਂ ਜ਼ਿਆਦਾ ਨਹੀਂ ਪਾਉਣਾ। ਇਹਨੂੰ ਭੁੰਨ ਇਹ ਆਪਾਂ ਜਿਹੜਾ ਆਟਾ ਏ ਉਹ ਅੱਧਾ ਕੁ ਭੁੰਨ ਲੈਣਾ ਪਹਿਲਾਂ, ਇਹਨੂੰ ਪੂਰੀ ਤਰ੍ਹਾਂ ਨਹੀਂ ਪਹਿਲਾਂ ਭੁੰਨਾਂਗਾ, ਅੱਧਾ ਭੁੰਨ ਕੇ
ਫਿਰ ਇਹ 'ਚ ਆਪਾਂ ਅਲਸੀ ਐਡ ਕਰਾਂਗੇ। ਜਿਹੜਾ ਆਟਾ ਹੈ ਉਹ 'ਚੋਂ ਹਲਕੀ ਹਲਕੀ ਖੁਸ਼ਬੂ ਆਉਣੀ ਸ਼ੁਰੂ ਹੋ ਗਈ ਆ, ਅੱਧਕ ਜਿਹੜਾ ਆਟਾ ਆਪਣਾ ਭੁੱਜ ਗਿਆ, ਇੰਨਾ ਕੁ ਭੁੱਜਣ ਤੋਂ ਬਾਅਦ ਜਿਹੜੀ ਆਪਾਂ ਅਲਸੀ ਆ ਇਹਨੂੰ ਆਪਾਂ ਪੀ ਲਿਆ, ਜਾਂ ਤੁਸੀਂ ਕੁੰਡੇ 'ਚ ਵੀ ਕੁੱਟ ਸਕਦੇ ਹਨ, ਜੇ ਕੁੰਡੇ 'ਚ ਕੁੱਟਣਾ, ਜੇ ਮਿਕਸੀ 'ਚ ਪੀਣੀ ਚਾਹੁੰਦੇ ਉਹ 'ਚ ਵੀ ਪੀ ਸਕਦੇ। ਹੁਣ ਆਪਾਂ ਇਹਨੂੰ ਉਹਦੇ ਵਿੱਚ ਪਾ ਕੇ ਨਾਲ ਹੀ ਭੁੰਨ ਲੈਂਦੇ ਹਾਂ। ਵੈਸੇ ਤਾਂ ਆਪਣੀ ਇਹ ਪਹਿਲਾਂ ਵੀ ਭੁੰਨੀ ਵੀ ਆ, ਪਰ ਇਹ ਆਟੇ ਦੇ ਨਾਲ ਜਿਹੜਾ ਇਹਨੂੰ ਹਲਕਾ ਜਿਹਾ ਜਿਹੜਾ ਸੇਕ ਹੋਰ ਲੱਗ ਜੂਗਾ ਜਿੰਨਾ ਚਿਰ ਆਟਾ ਭੁੱਜਦਾ, ਨਾਲ ਹੀ ਆਪਾਂ ਇਹਨੂੰ ਭੁੰਨ ਲੈਂਦੇ ਹਾਂ। ਆਟਾ ਜਿਹੜਾ ਆਪਣਾ ਚੰਗੀ ਤਰ੍ਹਾਂ ਭੁੱਜ ਗਿਆ, ਬਹੁਤ ਸੋਹਣੀ ਇੱਥੇ ਜਿਹੜੀ ਖੁਸ਼ਬੂ ਆਉਣੀ ਸ਼ੁਰੂ ਹੋ ਗਈ ਆ। ਹੁਣ ਆਪਾਂ ਜਿਹੜੇ ਡਰਾਈ ਫਰੂਟ ਲਏ ਸੀਗੇ ਇਹਨਾਂ ਨੂੰ ਵੀ ਵਿੱਚ ਪਾ ਦਿੰਦੇ ਹਾਂ, ਅਤੇ ਹਲਕਾ ਜਿਹਾ ਸੇਕ ਲਵਾ ਲੈਂਦੇ ਹਾਂ। ਇਹ ਜਿਹੜਾ ਨਾਰੀਅਲ ਦਾ ਬੂਰਾ ਆਪਾਂ ਉਹ ਵੀ ਪਾ ਲੈਂਦੇ ਹਾਂ ਅਤੇ ਇਹਨੂੰ ਹਿਲਾ ਲੈਂਦੇ। ਜੇ ਤੁਹਾਡੇ ਕੋਲ ਨਾਰੀਅਲ ਉਹਨੂੰ ਕੱਦੂਕਸ ਕਰਕੇ ਵੀ ਪਾ ਸਕਦੇ ਤੁਸੀਂ। ਹੁਣ ਆਪਾਂ ਇਹਨੂੰ ਨੀਚੇ ਉਤਾਰ ਲੈਂਦੇ ਹਾਂ। ਮਾੜਾ ਜਿਹਾ ਇਹ ਜਿਹੜਾ ਗੋਲ ਆ ਆਪਾਂ ਇਹਨੂੰ ਬਰੀਕ ਬਰੀਕ ਕੁੱਟ ਲਿਆ, ਅਤੇ ਹੁਣ ਆਪਾਂ ਇਹਨੂੰ ਥੱਲੇ ਉਤਾਰ ਕੇ ਇਹਦੇ ਵਿੱਚ ਪਾਉਣਾ, ਅਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ, ਕਿਉਂਕਿ ਇਹ ਜੋ ਗਰਮ ਹੁੰਦਾ ਗਰਮ ਨਾਲ ਇਹਨੇ ਜਿਹੜਾ ਮੈਲਟ ਹੋ ਜਾਣਾ। ਇਹ ਜਿਹੜਾ ਗੋਲ ਆਪਣਾ ਆਪਾਂ ਸਾਰਾ ਮਿਕਸ ਕਰ ਲਿਆ, ਕਿਉਂਕਿ ਗਰਮ ਹੈ ਇਹ, ਗਰਮ ਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਇਹ ਮਿਕਸ ਹੋ ਜਾਂਦਾ ਇੱਦਾਂ ਇੱਦਾਂ ਦਾ ਕਰਕੇ ਤੁਸੀਂ ਸਾਰਾ ਮਿਕਸ ਕਰ ਲਿਓ। ਇਹ ਹੁਣ ਜਦੋਂ ਹਲਕੀ ਜਿਹੀ ਠੰਡੀ ਆਪਣੇ ਹੱਥ 'ਚ ਝੱਲਣ ਲੱਗ ਗਏ ਉਦੋਂ ਆਪਾਂ ਇਹਦੀਆਂ ਜਿਹੜੀਆਂ ਪਿੰਨੀਆਂ ਬਣਾ ਲਾਂਗੇ। ਇਹ ਜਿਹੜੀਆਂ ਆਪਣੀ ਸਿਹਤ ਲਈ ਬਹੁਤ ਵਧੀਆ ਹੁੰਦੀ ਆ, ਇਹ ਸਰਦੀਆਂ 'ਚ ਜ਼ਿਆਦਾ ਖਾਧੀ ਜਾਂਦੀ ਹੈ, ਜਿੱਦਾਂ ਹੁਣ ਜ਼ਿਆਦਾ ਸਰਦੀ ਆ ਇਵੇਂ ਆਪਾਂ ਖਾ ਸਕਦੇ ਹਾਂ। ਇਹ ਕਮਰ ਦਰਦ ਵਾਸਤੇ ਜਾਂ ਜੋੜਾਂ ਦੇ ਦਰਦ ਵਾਸਤੇ ਬਹੁਤ ਵਧੀਆ, ਬਹੁਤ ਇਹਦੇ ਸਰੀਰ ਲਈ ਆਪਣੇ ਫਾਇਦੇ ਆ, ਤੁਸੀਂ ਵੀ ਜ਼ਰੂਰ ਟਰਾਈ ਲਿਓ, ਬਹੁਤ ਆਸਾਨੀ ਨਾਲ ਬਣ ਜਾਂਦੀ ਹੈ ਇਹ, ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਗਾ, ਪਰ ਇਹ ਖਾਧੀ ਸਰਦੀਆਂ 'ਚ ਹੀ ਜਾਂਦੀ ਆ, ਗਰਮ ਹੁੰਦੀ ਥੋੜ੍ਹੀ। ਹੁਣ ਇਹਨੂੰ ਆਪਾਂ ਹਲਕਾ ਜਿਹਾ ਠੰਡਾ ਹੋਣ ਦਿੰਦੇ ਹਾਂ, ਅਤੇ ਫਿਰ ਆਪਾਂ ਇਹਦੀਆਂ ਜਿਹੜੀਆਂ ਪਿੰਨੀਆਂ ਬਣਾਉਂਦੇ ਹਾਂ। ਇਹ ਜੇ ਤੁਸੀਂ ਪੰਜੀਰੀ ਰੱਖਣਾ ਚਾਹੁੰਦੇ ਹਾਂ ਤਾਂ ਪੰਜੀਰੀ ਵੀ ਇਹਦੀ ਰੱਖ ਸਕਦੇ ਹੋ, ਅਤੇ ਨਹੀਂ ਇਹਦੀਆਂ ਪਿੰਨੀਆਂ ਵੀ ਜਿਹੜੀਆਂ ਆਪਾਂ ਵੱਟ ਸਕਦੇ ਹਾਂ। ਐਂ ਕਰਕੇ ਆਪਾਂ ਜਿਹੜੀਆਂ ਇਹਦੀਆਂ ਪਿੰਨੀਆਂ ਬਣਾ ਲੈਂਦੇ ਹਾਂ। ਇਵੇਂ ਇਵੇਂ ਕਰਕੇ ਜਿਹੜੀਆਂ ਆਪਾਂ ਸਾਰੀਆਂ ਪਿੰਨੀਆਂ ਬਣਾ ਲੈਂਦੇ ਹਾਂ। ਪਿੰਨੀਆਂ ਜਿਹੜੀਆਂ ਆਪਣੀਆਂ ਬਣ ਕੇ ਤਿਆਰ ਆ, ਤੁਸੀਂ ਵੀ ਜ਼ਰੂਰ ਟਰਾਈ ਲਿਓ। ਚਲੋ ਜੀ ਫਿਰ ਆਪਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ, ਕੋਈ ਨਵੀਂ ਰੈਸਪੀ ਲੈ ਕੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ।